ਕੋਈ ਸੱਜਣ ਆਪਣੇ ਆਪ ਨੂੰ ਸਿਆਣਾ ਸਮਝਦਾ ਸੀ, ਪਿੰਡੋਂ ਸ਼ਹਿਰ ਗਿਆ, ਸ਼ਹਿਰੋਂ ਆਪਣੇ ਘਰ ਵਾਸਤੇ ਇੱਕ ਬੱਕਰੀ ਦਾ ਬੱਚਾ ਲੈ ਆਇਆ ਮੇਮਣਾ, ਕਿ ਚਲੋ ਇਹਨੂੰ ਪਾਲਾਂਗੇ। ਪਾਲ ਕੇ ਘਰ ਵਿੱਚ ਸਾਲ ਦੋ ਸਾਲਾਂ ਨੂੰ ਘਰ ਵਿੱਚ ਰੱਖਾਂਗੇ, ਨਾਲੇ ਦੁੱਧ ਦੇ ਕੇ ਖਰਚਾ ਘੱਟ ਹੈ। ਤਾਂ ਕਹਿੰਦੇ ਉਹ ਲੈ ਸ਼ਹਿਰੋਂ ਖਰੀਦ ਕੇ ਉਹਨੇ ਨਿਕਾਹ ਜਿਹਾ ਉਹ ਬੱਚਾ ਸਸਤਾ ਮਿਲਿਆ ਬੱਕਰੀ ਦਾ, ਤਾਂ ਕੁੱਛੜ ਚੁੱਕਿਆ ਹੋਇਆ ਚੁੱਕ ਕੇ ਘਰ ਨੂੰ ਆਵੇ। ਰਸਤੇ ਵਿੱਚ ਤਿੰਨ ਚਾਰ ਠੱਗ ਖੜ੍ਹੇ ਸਨ, ਉਹਨਾਂ ਕਿਹਾ ਮੇਮਣਾ ਬਣਾਈਏ ਆਪਾਂ ਕਿਸੇ ਤਰ੍ਹਾਂ, ਪਰ ਇਹ ਬੰਦੇ ਤੋਂ ਲਈਏ ਕਿਵੇਂ, ਇਹ ਬੰਦੇ ਤੋਂ ਕਿਵੇਂ ਖੋਇਆ ਜਾਏ। ਤਾਂ ਜਿਹੜੇ ਠੱਗ ਸਨ ਉਹਨਾਂ ਸਕੀਮ ਬਣਾ ਲਈ, ਤਿੰਨ ਚਾਰ ਤਰ੍ਹਾਂ ਦੀਆਂ ਕੈਟਾਗਰੀਆਂ, ਇੱਕ ਚੋਰ ਹੁੰਦਾ, ਇੱਕ ਠੱਗ, ਇੱਕ ਡਕੈਤ, ਤਿੰਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਇਆ। ਚੋਰ ਜਿਹੜਾ ਉਹ ਲੋਕਾਂ ਦੇ ਸੌਣ ਉੱਤੇ ਜਾਂ ਗੈਰ ਹਾਜ਼ਰੀ ਉੱਤੇ ਚੋਰੀ ਕਰਦਾ, ਅਦਰਵਾਈਜ਼ ਚੋਰ ਚੋਰੀ ਨਹੀਂ ਕਰਦਾ। ਚੋਰ ਉਦੋਂ ਚੋਰੀ ਕਰਦਾ ਜਦੋਂ ਬੰਦੇ ਦੀ ਗੈਰ ਹਾਜ਼ਰੀ ਹੋਵੇ, ਲੱਗੇ ਕਿ ਇਸ ਘਰ ਵਿੱਚ ਕੋਈ ਨਹੀਂ ਰਹਿੰਦਾ, ਲੱਗੇ ਕਿ ਬੰਦੇ ਸੁੱਤੇ ਪਏ ਨੇ, ਉਦੋਂ ਚੋਰ ਚੋਰੀ ਕਰਦਾ, ਉਹਨੂੰ ਕਹਿੰਦੇ ਨੇ ਚੋਰ। ਮਹਾਰਾਜ ਨੇ ਸਾਡੇ ਅਧਿਆਤਮਕ ਗੁਣਾਂ ਦੀ ਚੋਰੀ ਦੀ ਵੀ ਗੱਲ ਕੀਤੀ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਮੋ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਜਦੋਂ ਆਪਾਂ ਸੰਸਾਰ ਦੀ ਨੀਂਦ ਵਿੱਚ ਗਹਿਰੇ ਸੌਂ ਜਾਂਦੇ, ਸਾਡੇ ਗੁਣਾਂ ਨੂੰ ਲੁੱਟ ਲੈਂਦੇ। ਤਾਂ ਇਸ ਤਰ੍ਹਾਂ ਜਿਹੜੇ ਡਕੈਤ ਹੁੰਦੇ ਨੇ ਉਹ ਧੱਕੇ ਨਾਲ ਖੋਹਦੇ ਨੇ, ਸੀਨਾ ਜੋਰੀ ਸਿਰ ਉੱਤੇ, ਮੱਥੇ ਉੱਤੇ ਕੋਈ ਗੰਨ ਰੱਖ ਕੇ ਜਾਂ ਕੋਈ ਚਾਕੂ ਗਲ ਤੇ ਰੱਖ ਕੇ ਧੱਕੇ ਨਾਲ ਖੋਹ ਲੈਂਦੇ, ਉਹਨਾਂ ਨੂੰ ਡਕੈਤ ਕਹਿੰਦੇ। ਇੱਕ ਹੁੰਦੇ ਨੇ ਠੱਗ, ਉਹ ਬਿਲਕੁਲ ਸਾਹਮਣੇ ਤੁਹਾਡੇ, ਨਾ ਉਹ ਤੁਹਾਨੂੰ ਸੁੱਤਿਆਂ ਤੇ ਗੈਰ ਹਾਜ਼ਰੀ ਉੱਤੇ, ਨਾ ਉਹ ਧੱਕੇ ਦੇ ਨਾਲ ਖੋਹਦੇ ਨੇ, ਉਹ ਗੱਲਾਂ ਨਾਲ ਹੀ ਠੱਗ ਕੇ ਗੱਲਾਂ ਵਿੱਚ ਉਲਝਾ ਕੇ ਬੰਦੇ ਕੋਲੋਂ ਪੈਸੇ ਖੋਲਣ। ਜਿਵੇਂ ਏਜੰਟ ਨੇ ਉਹ ਤੁਹਾਨੂੰ ਬੈਠਿਆਂ ਬੈਠਿਆਂ ਇੰਗਲੈਂਡ ਪਹੁੰਚਾ ਦੇਣਗੇ, ਬੈਠਿਆਂ ਬੈਠਿਆਂ ਅਮੈਰੀਕਾ ਦੀਆਂ ਸਾਰਾ ਕੁਝ ਦਿਖਾ ਦੇਣਗੇ, ਗੱਡੀ, ਕਾਰ, ਕੋਠੀ, ਐਂ ਲੱਗਦਾ ਵੀ ਮੈਂ ਤਾਂ ਪਹੁੰਚ ਹੀ ਗਿਆ। ਫਿਰ ਉਹਨੂੰ 13 ਲੱਖ ਲੱਗਦਾ ਵੀ ਕੋਈ ਔਖਾ ਨਹੀਂ, 12-13 ਲੱਖ ਝੱਟ ਲੋਕ ਦੇ ਦਿੰਦੇ। ਇਸ ਤਰ੍ਹਾਂ ਉਹ ਜਿਹੜੇ ਠੱਗ ਨੇ ਗੱਲਾਂ ਨਾਲ ਠੱਗਦੇ ਨੇ, ਗੱਲਾਂ। ਇਹ ਚਾਰ ਠੱਗ ਮਿਲਦਾ, ਇਹਨਾਂ ਕਿਹਾ ਬੰਦੇ ਕੋਲੋਂ ਮੇਵਣਾ ਖੋਹਣਾ, ਅੱਜ ਬਣਾਉਣਾ, ਪਰ ਕਿਵੇਂ? ਤਾਂ ਉਹਨਾਂ ਕਿਹਾ ਚਲੋ ਠੱਗਦੇ ਹਾਂ, ਥੋੜ੍ਹੇ ਥੋੜ੍ਹੇ ਵਕਵੇ 'ਤੇ ਖਲੋ ਗਏ, 500-500 ਗਜ ਦੀ ਦੂਰੀ 'ਤੇ, ਅੱਧ ਅੱਧ ਮੀਲ 'ਤੇ। ਪਹਿਲਾਂ ਇੱਕ ਸੱਜਣ ਮਿਲਿਆ, ਉਹਨੇ ਪਿਆਰ ਨਾਲ ਬੁਲਾਇਆ, ਕਿੱਧਰੋਂ ਆਏ ਹੋ ਜੀ? ਉਹ ਕਹਿੰਦਾ ਜੀ ਬਾਜ਼ਾਰੋਂ ਆਇਆ। ਅੱਛਾ, ਕੀ ਲਿਆਂਦਾ ਇਹ? ਕਹਿੰਦਾ ਮੇਮਣਾ ਲਿਆਂਦਾ ਸ਼ਹਿਰੋਂ। ਅਤੇ ਅੱਗੋਂ ਹੱਸ ਪਿਆ ਠੱਗ, ਉਹਨੇ ਕਿਹਾ ਮੇਮਣਾ ਲਿਆਂਦਾ? ਇੱਥੇ ਕੁੱਤਾ ਚੁੱਕੀ ਫਿਰਦਾ ਤੂੰ, ਕਿਸੇ ਨੇ ਤੈਨੂੰ ਕੁੱਤਾ ਦੇ ਦਿੱਤਾ ਮੇਮਣੇ ਦੇ ਰੂਪ 'ਚੋਂ, ਉਹ ਤੂੰ ਠੱਗਿਆ ਗਿਆ। ਬੜੀ ਗੌਰ ਨਾਲ ਗੋਦ ਵਿੱਚ ਚੁੱਕਿਆ ਮੇਮਣਾ, ਵੇਖਿਆ ਨਹੀਂ ਉਹ ਨਹੀਂ ਮੇਮਣਾ, ਮੈਂ ਕੋਈ ਮੂਰਖ ਹੈ? ਮੈਂ ਪੈਸੇ ਦੇ ਕੇ ਲਿਆਂਦਾ। ਤਾਂ ਉਹ ਠੱਗ ਕਹਿੰਦਾ ਵੀ ਤੇਰੀ ਮਰਜ਼ੀ ਹੈ, ਪਰ ਹੈ ਕੁੱਤਾ ਆ, ਕਿਸੇ ਨੇ ਤੈਨੂੰ ਭੁਲੇਖੇ 'ਚ ਪਾ ਦਿੱਤਾ। ਤਾਂ ਹੁਣ ਇਹ ਤੁਰ ਪਿਆ ਅੱਗੇ, 500 ਗਜ਼ ਉੱਤੇ ਇੱਕ ਬੰਦਾ ਹੋਰ ਖੜਾ, ਉਹਨੇ ਕਿਹਾ ਵਾਹ ਵੇ ਵਾਹ, ਕੁੱਤਾ ਬੜਾ ਸੋਹਣਾ, ਕਿੰਨੇ ਦਾ ਲਿਆਂਦਾ? ਹੁਣ ਇਹਨੂੰ ਸ਼ੱਕ ਪੈ ਗਈ, ਕਿਤੇ ਸੱਚਮੁੱਚ ਹੀ ਕੁੱਤਾ ਨਾ ਹੋਵੇ। ਦੋ ਬੰਦਿਆਂ ਨੇ ਕਹਿ ਦਿੱਤਾ, ਪਹਿਲੇ ਨੇ ਵੀ ਕਿਹਾ, ਇਹਨੇ ਵੀ ਕਹਿ ਦਿੱਤਾ, ਅਤੇ ਜਿਹੜਾ ਮੇਮਣਾ ਚੁੱਕਿਆ ਸੀ ਇਹਨੇ ਫਿਰ ਗੌਰ ਨਾਲ ਉਹਦੇ ਮੂੰਹ ਨੱਕ ਵੇਖ ਕੇ, ਤਾਂ ਉਹਨੂੰ ਸਾਹਮਣੇ ਵਾਲੇ ਨੂੰ ਕਿਹਾ ਨਹੀਂ ਨਹੀਂ ਮੇਮਣਾ ਆ। ਉਹ ਕਹਿੰਦਾ ਵੀ ਤੈਨੂੰ ਲੱਗਦਾ ਕਿ ਮੇਮਣਾ ਹੁਣ, ਪਰ ਹੈ ਇਹ ਕੁੱਤਾ, ਤੈਨੂੰ ਕਿਸੇ ਨੇ ਠੱਗ ਲਿਆ। ਤਾਂ ਹੁਣ ਇਹਨੇ ਆਪਣੀ ਗੋਦ ਵਿੱਚ ਨਹੀਂ ਚੁੱਕਿਆ, ਇਸ ਤਰ੍ਹਾਂ ਥੋੜ੍ਹਾ ਜਿਹਾ ਨੀਵਾਂ ਕਰ ਲਿਆ, ਸ਼ੱਕ ਜੀ ਪੈ ਗਈ ਮਨ 'ਚ, ਸ਼ੋਹ ਪੈ ਗਿਆ। 500 ਗਜ਼ 'ਤੇ ਹੋਰ ਥੋੜ੍ਹਾ ਦੂਰ ਗਿਆ, ਨਾਲ ਹੀ ਇੱਕ ਤੀਜਾ ਠੱਗ ਖੜ੍ਹਾ। ਉਹਨੇ ਕਿਹਾ ਵਾਹ ਵੇ ਵਾਹ, ਕੁੱਤਾ ਬੜਾ ਸੋਹਣਾ, ਕਿੰਨੇ ਦਾ ਲਿਆਂਦਾ? ਤਾਂ ਬਸ ਹੁਣ ਤਾਂ ਅੱਧ ਨਾਲੋਂ ਵੱਧ ਵਿਸ਼ਵਾਸ ਹੋ ਗਿਆ ਕਿ ਕੁੱਤਾ ਹੀ ਹੋਣਾ, ਮੈਨੂੰ ਕਿਸੇ ਨੇ ਠੱਗ ਲਿਆ, ਮੇਮਣਾ ਕਹਿ ਕੇ ਦੇ ਦਿੱਤਾ। ਤਾਂ ਬੋਲਿਆ ਨਹੀਂ ਉਹਦੇ ਨਾਲ, ਗੁੱਸੇ 'ਚ ਅੱਗੇ ਲੰਘ ਗਿਆ। ਚੌਥਾ ਬੰਦਾ ਮਿਲਿਆ, ਉਹਨੇ ਕਿਹਾ ਵੀ ਬਹੁਤ ਸੋਹਣਾ, ਅਜੀਬ ਬੰਦਾ ਯਾਰ, ਤੂੰ ਕੁੱਤੇ ਨੂੰ ਚੁੱਕੀ ਫਿਰਦਾ, ਇਹਨੂੰ ਰੱਸੀ ਪਾ ਕੇ ਤੋਰ ਲਾ। ਜਦੋਂ ਉਹਨੇ ਕਿਹਾ ਕੁੱਤੇ ਨੂੰ ਚੁੱਕੀ ਫਿਰਦਾ, ਇਹਨੂੰ ਰੱਸੀ ਪਾ, ਤਾਂ ਮਨ ਵਿੱਚ ਆਇਆ ਕਿ ਜੇ ਮੈਂ ਪਿੰਡ ਜਾ ਕੇ ਕਿਹਾ ਨਾ ਮੇਮਣਾ ਲਿਆਂਦਾ, ਉਹ ਪਿੰਡ ਵਾਲਿਆਂ ਨੇ ਕਹਿਣਾ ਕੁੱਤਾ, ਮੈਨੂੰ ਸਾਰੇ ਮੂਰਖ ਕਹਿਣਗੇ, ਮੈਂ ਘਰ ਜਾ ਕੇ ਕੀ ਕਵਾਂਗਾ ਮੇਮਣਾ ਹੈ? ਜੇ ਚਾਰ ਬੰਦੇ ਕਹਿੰਦੇ ਨੇ ਕਿ ਕੁੱਤਾ, ਤਾਂ ਕੁੱਤਾ ਹੀ ਹੋਣਾ,
ਬੇਇੱਜ਼ਤੀ ਕਰਾਉਣ ਨਾਲੋਂ ਚੰਗਾ ਇੱਥੇ ਹੀ ਛੱਡ ਜਾਂ। ਪੈਸੇ ਗਏ ਤੇ ਗਏ, ਉਹਨੇ ਲੱਗ ਕੇ ਗੋਦੀ ਚੋਂ ਮੇਮਣਾ ਛੱਡ ਦਿੱਤਾ, ਘਰ ਵੱਲ ਗਿਆ ਤੇ ਠੱਗਾਂ ਚੁੱਕ ਲਿਆ। ਜਦ ਕਹਿਣ ਤੋਂ ਭਾਵ ਇਹ ਹੈ, ਕਿਸੇ ਗੱਲ ਨੂੰ ਵਾਰ ਵਾਰ 2, 4, 10 ਸੱਜਣ ਕਹਿਣ, ਬੰਦੇ ਨੂੰ ਵਿਸ਼ਵਾਸ ਹੋ ਜਾਂਦਾ ਕਿ ਇਹ ਸੱਚ ਹੈ। 2, 4, 10 ਬੰਦੇ ਕਹਿ ਦੇਣ ਤਾਂ ਮਨ ਵਿੱਚ ਸ਼ੱਕ ਹੋ ਜਾਂਦੀ ਕਿ ਇਸੇ ਤਰ੍ਹਾਂ ਹੁਣ ਹੈ। ਤਾਂ ਕਈ ਲੋਕ ਇਸ ਤਰ੍ਹਾਂ ਉਕਸਾ ਕੇ ਕਈਆਂ ਨੂੰ ਮੋਹਰੇ ਕਰ ਦਿੰਦੇ। ਤਾਂ ਮਹਾਰਾਜ ਜੀ ਅੱਜ ਸਮਝਾਉਂਦੇ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਹਜ਼ੂਰ ਮਰਦਾਨੇ ਨੂੰ ਕਹਿੰਦੇ ਨੇ, ਭਾਈ ਮਰਦਾਨਿਆਂ, ਇਹ ਮਨ ਕਿਸ ਤਰ੍ਹਾਂ ਦੀ ਚੀਜ਼ ਹੈ? ਕਦੇ ਸ਼ਰਧਾ ਕਰਦਾ, ਕਦੇ ਸ਼ਰਧਕ ਹੋ ਜਾਂਦਾ, ਕਦੇ ਵਿਸ਼ਵਾਸ ਲਿਆਉਂਦਾ, ਕਦੇ ਬੇਵਿਸ਼ਵਾਸੀ, ਕਦੇ ਸੱਚ 'ਤੇ ਤੁਰਦਾ, ਕਦੇ ਸ਼ੰਕਿਆਂ ਵਿੱਚ ਆ ਜਾਂਦਾ।